ਬਰਨਾਲਾ ਵਿੱਚ ਡੈਮੋਕ੍ਰੈਟਿਕ ਟੀਚਰ ਫਰੰਟ ਵੱਲੋਂ ਆਪਣੇ ਦੋ ਅਧਿਆਪਕਾਂ ਨੂੰ ਰੈਗੂਲਰ ਕਰਵਾਉਣ ਦੇ ਹੁਕਮਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਤੱਕ ਅਰਥੀ ਫੂਕ ਮਾਰਚ ਕੱਢਿਆ ਗਿਆ, ਜਿਸ ਦੌਰਾਨ ਸਿੱਖਿਆ ਮੰਤਰੀ ਦੀ ਕੋਠੀ ਨੇੜੇ ਖੜ੍ਹੀ ਪੁਲਿਸ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਵਿਚਕਾਰ ਧੱਕਾ ਮੁੱਕੀ ਹੋਈ। ਇਸ ਦੌਰਾਨ ਅਧਿਆਪਕਾਂ ਨੇ ਪੁਲਿਸ ਅਤੇ ਮਹਿਲਾ ਅਧਿਆਪਕਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਹਨ। ਅਧਿਕਾਰੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਿਛਲੀ ਸਰਕਾਰਾਂ ਵਾਂਗ ਹੀ ਤਸ਼ੱਦਦ ਢਾਉਣ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰ ਫਰੰਟ ਦੇ ਪੰਜਾਬ ਪ੍ਰਧਾਨ ਵਿਕਰਮ ਦੇਵ ਸਿੰਘ, ਡੈਮੋਕ੍ਰੈਟਿਕ ਇੰਪਲੋਈਜ਼ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਜਰਮਨਜੀਤ ਸਿੰਘ ਦੇ ਨਾਲ ਕਈ ਹੋਰਾਂ ਨੇ ਵੀ ਪੁਲਿਸ ਉੱਤੇ ਦੋਸ਼ ਲਗਾਏ ਹਨ। ਡੈਮੋਕ੍ਰੈਟਿਕ ਟੀਚਰ ਫਰੰਟ ਦੇ ਆਗੂਆਂ ਨੇ ਦੱਸਿਆ ਕਿ 8,800 ਦੇ ਕੁਝ ਕਰੀਬ SS ਰਸਮਾਂ ਦੇ ਅਧਿਕਾਰੀਆਂ ਨੂੰ ਰੈਗੂਲਰ ਕਰਨ ਦਾ ਆਰਡਰ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 8,884 ਨੂੰ ਹੀ ਰੈਗੂਲਰ ਕਰ ਦਿੱਤਾ ਗਿਆ, ਜਦਕਿ ਦੋ ਅਧਿਆਪਕਾਂ ਨੂੰ ਜਾਣ ਬੁੱਝ ਕੇ ਰੈਗੂਲਰ ਕਰਨ ਦੇ ਆਰਡਰ ਜਾਰੀ ਨਹੀਂ ਕੀਤੇ ਗਏ ਹਨ, ਕਿਉਂਕਿ ਇਹ ਸਾਰੇ ਸੰਘਰਸ਼ ਇਹਨਾਂ ਦੋ ਅਧਿਆਪਕਾਂ ਵੱਲੋਂ ਲੜਿਆ ਗਿਆ ਸੀ। ਉਹਨਾਂ ਦੱਸਿਆ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਤਤਕਾਲੀ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕ ਨੇ ਖਿਲਾਫ਼ ਪ੍ਰਦਰਸ਼ਨ ਕਰ ਰਹੇ 60 ਦੇ ਕਰੀਬ ਅਧਿਆਪਕਾਂ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਇਹਨਾਂ ਅਧਿਆਪਕਾਂ ਦੇ ਵਿੱਚੋਂ ਕੁਝ ਪੱਕੇ ਹੋ ਚੁੱਕੇ ਹਨ, ਪਰ ਰੈਗੂਲਰ ਕਰਨ ਦੇ ਹੁਕਮਾਂ ਅਜੇ ਤੱਕ ਜਾਰੀ ਨਹੀਂ ਕੀਤੇ ਗਏ ਅਤੇ ਇਹਨਾਂ ਦੋਵਾਂ ਅਧਿਆਪਕਾਂ ਦੀਆਂ ਤਨਖਾਹਾਂ ਵੀ ਸਿੱਖਿਆ ਵਿਭਾਗ ਪਿਛਲੇ 14 ਮਹੀਨਿਆਂ ਤੋਂ ਰੋਕੀ ਖੜ੍ਹਾ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਕਰਵਾਉਣ ਲਈ ਉਹ ਅਕਾਲੀ ਭਾਜਪਾ ਸਰਕਾਰ, ਕਾਂਗਰਸ ਸਰਕਾਰ ਕੋਲ ਗਏ, ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ। ਜਦਕਿ ਉਹਨਾਂ ਦੱਸਿਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ ਮਹੀਨੇ ਉਹਨਾਂ ਨੇ ਇਸ ਸੰਬੰਧੀ ਸਿੱਖਿਆ ਮੰਤਰੀ ਗੁਰਮੀਤ ਹੇਅਰ ਨੂੰ ਵੀ ਮਿਲੇ ਸਨ, ਪਰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਹਨਾਂ ਨੂੰ ਰੈਗੂਲਰ ਕਰਨ ਦਾ ਭਰੋਸਾ ਦੇ ਕੇ ਵਾਪਸ ਭੇਜ ਦਿੱਤਾ ਸੀ। ਪਰ ਇੱਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਵਾਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਜਾਰੀ ਨਹੀਂ ਕੀਤੇ ਗਏ ਹਨ। ਦੇਖੋ ਜੀ, ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਇੱਕ ਬਦਲਾਅ ਦਾ ਨਾਰਾ ਦੇ ਕੇ ਦਿੱਲੀ ਦੇ ਸਿੱਖਿਆ ਮਾਡਲ ਦਾ ਗੁਣਗਾਨ ਕਰਕੇ ਸੱਤਾ ਦੇ ਵਿੱਚ ਆਈ, ਪਰ ਅਫਸੋਸ ਦੀ ਗੱਲ ਆ ਕਿ ਜਿੰਨਾ ਸਮਾਂ ਇਹਨਾਂ ਨੂੰ ਹੋਇਆ ਪਿਛਲੀਆਂ ਸਰਕਾਰਾਂ ਦੀ ਕੰਟੀਨਿਊਟੀ 'ਚ ਕੰਮ ਕਰ ਰਹੇ ਹੈਗੇ ਨੇ। 8 ਜੂਨ 2012 ਨੂੰ ਸਿਕੰਦਰ ਸਿੰਘ ਮਲੂਕਾ ਸਿੱਖਿਆ ਮੰਤਰੀ ਦੇ ਹਲਕੇ 'ਚ ਸਾਡੇ ਅਧਿਆਪਕਾਂ 'ਤੇ ਲਾਠੀਚਾਰਜ ਹੁੰਦਾ, ਜਿਹੜੇ ਰੈਗੂਲਰਾਈਜੇਸ਼ਨ ਦੀ ਮੰਗ ਕਰ ਰਹੇ ਸੀ। 59 ਅਧਿਆਪਕਾਂ ਨੂੰ ਜੇਲ੍ਹ ਭੇਜਿਆ ਜਾਂਦਾ, ਜਿਸ 'ਚ 21 ਲੇਡੀਜ਼ ਟੀਚਰ ਵੀ ਸ਼ਾਮਲ ਸੀ। ਉਸ ਤੋਂ ਬਾਅਦ 10 ਸਾਲਾਂ ਤੋਂ ਇੱਕ ਤਾਂ ਕੇਸ ਚੱਲਦੇ ਆ ਰਹੇ ਨੇ, ਨਾ ਪਿਛਲੀ ਕਾਂਗਰਸ ਸਰਕਾਰ ਨੇ ਰੱਦ ਕੀਤੇ ਅਕਾਲੀਆਂ ਦੇ ਪਾਏ ਕੇਸ, ਅਤੇ ਨਾ ਇਹ ਸਰਕਾਰ ਨੇ ਉਸ ਪਾਸੇ ਕੋਈ ਕਦਮ ਪੁੱਟਿਆ। ਅਗਲੀ ਗੱਲ, ਉਹਨਾਂ 59 ਅਧਿਆਪਕਾਂ ਦੇ ਵਿੱਚੋਂ ਪਿਛਲੀ ਸਰਕਾਰ 'ਚ ਜਦੋਂ ਸਰਵ ਸਿੱਖਿਆ ਅਭਿਆਨ ਵਾਲੇ ਅਧਿਆਪਕਾਂ ਨੂੰ ਰੈਗੂਲਰ ਕੀਤਾ, 88 ਅਧਿਆਪਕਾਂ ਨੂੰ ਰੈਗੂਲਰ ਕੀਤਾ, 88 ਅਧਿਆਪਕਾਂ ਨੂੰ ਰੈਗੂਲਰ ਦੇ ਆਰਡਰ ਦੇ ਦਿੱਤੇ, ਜਿਨ੍ਹਾਂ 'ਤੇ ਕੇਸ ਦਰਜ ਸੀ ਉਹਨਾਂ 'ਚੋਂ ਵੀ 54 ਸਾਥੀਆਂ ਨੂੰ ਆਰਡਰ ਦੇ ਦਿੱਤੇ, ਪਰ ਸਿਰਫ 2 ਟੀਚਰ ਜਾਣ ਬੁੱਝ ਕੇ ਅਟਕਾ ਲਏ ਗਏ, ਜਿਹੜੇ ਸਰਵ ਸਿੱਖਿਆ ਅਭਿਆਨ ਦੇ ਸੀ, ਕਿ ਤੁਹਾਡੇ 'ਤੇ ਕੇਸ ਦਰਜ ਹੈਗਾ। ਇੱਕ ਪਾਸੇ ਕਹਿ ਲਈਏ, ਸੇਮ ਕੇਸ ਦੇ ਵਿੱਚ ਸੇਮ ਦਿਨ ਜੇਲ੍ਹ ਕੱਟ ਕੇ ਆਏ, 54 ਜਣਿਆਂ ਨੂੰ ਆਰਡਰ ਮਿਲ ਜਾਂਦੇ ਨੇ, 2 ਦੇ ਰੋਕੇ ਹੋਏ। ਇਹ ਸਿਰਫ ਅਤੇ ਸਿਰਫ ਕ੍ਰਿਸ਼ਨ ਕੁਮਾਰ ਕੰਡੇ ਬੀਜ ਕੇ ਗਿਆ ਪਿਛਲੀ ਸਰਕਾਰ ਦਾ ਚਹੇਤਾ, ਜਿਹੜਾ ਇਸ ਸਰਕਾਰ ਦੇ ਵਿੱਚ ਵੀ ਬਰਕਰਾਰ ਆ। ਸਾਨੂੰ ਲੱਗਦਾ ਹੈਗਾ ਕਿ ਪੰਜਾਬ ਦੇ ਵਿੱਚ ਜਿਵੇਂ ਕਾਂਗਰਸ ਦੇ ਸਮੇਂ ਅਫਸਰਸ਼ਾਹੀ 'ਚ ਆਪਣਾ ਰਾਜ ਕਰਦੀ ਰਹੀ ਆ, ਉਸੇ ਤਰ੍ਹਾਂ ਇਹ ਸਰਕਾਰ ਦੇ ਵਿੱਚ ਵੀ ਜਾਂ ਅਫਸਰਸ਼ਾਹੀ ਮਨਮਰਜ਼ੀਆਂ ਕਰ ਰਹੀ ਆ, ਜਾਂ ਕਹਿ ਲਈਏ ਦਿੱਲੀ ਤੋਂ ਕਹਿ ਲਈਏ ਬਿਨਾਂ ਪੁੱਛੇ ਨਿੱਛ ਵੀ ਨਹੀਂ ਮਾਰਦੇ ਆਮ ਆਦਮੀ ਪਾਰਟੀ ਵਾਲੇ। ਦੇਖੋ, ਸਵੇਰ ਤੋਂ ਮਤਲਬ DC ਕੰਪਲੈਕਸ ਦੇ ਵਿੱਚ ਸ਼ਾਂਤਮਈ ਰੈਲੀ ਕਰ ਰਹੇ ਆ, 2-3 ਵਾਰੀ ਗੱਲਬਾਤ ਹੋ ਗਈ। ਰੈਲੀ ਦਾ ਜਿਹੜਾ ਮਕਸਦ ਹੈ, 59 ਟੀਚਰਾਂ ਦੇ ਝੂਠੇ ਪਰਚੇ ਬਣਾਏ ਹੋਏ ਆ ਮਲੂਕੇ ਦੀ ਸਰਕਾਰ ਵੇਲੇ ਦੇ, ਉਹਦੇ ਗੁੰਡਿਆਂ ਨੇ ਅਤੇ ਮਤਲਬ ਪੁਲਿਸ ਨੇ ਉਦੋਂ ਮਤਲਬ ਟੀਚਰਾਂ ਨੂੰ ਭਜਾ ਭਜਾ ਕੇ ਕੁੱਟਿਆ ਸੀ। ਇਹ ਆਪਣੀਆਂ ਹੱਕੀ ਮੰਗਾਂ ਲਈ ਉਦੋਂ ਗਏ ਸੀ ਮਲੂਕੇ ਦੇ ਪਿੰਡ। ਉਸ ਤੋਂ ਅੱਗੇ 59 ਟੀਚਰ ਉਹਦੇ ਵਿੱਚ ਆ, ਉਹਨਾਂ ਤੋਂ ਕੇਸ ਵਾਪਸ ਲੈ ਕੇ ਮਤਲਬ ਉਹ ਖੁਰਦਬੁਰਦ ਕਰਨ ਵਾਲਾ ਮਾਮਲਾ ਉਹਨਾਂ ਨੂੰ ਉਹ ਟੀਚਰ ਲੱਗੇ ਹੋਏ ਆ। ਪਰ ਕ੍ਰਿਸ਼ਨ ਕੁਮਾਰ ਇੱਕ ਇਹੋ ਜਿਹਾ ਨਲਾਇਕ ਅਫਸਰ ਇੱਥੇ ਗਿਆ ਜਿਹੜਾ ਸਰਕਾਰ ਚਲਾਉਂਦਾ ਰਿਹਾ, ਜਿਹਨੇ ਸਿੱਖਿਆ ਮੰਤਰੀ ਨੂੰ ਵੀ ਸਿੱਖਿਆ ਮੰਤਰੀ ਨਹੀਂ ਸਮਝਿਆ। ਉਹਨੇ ਬਦਲਾ ਲਓ ਭਾਵਨਾ ਨਾ 2012 ਤੋਂ ਲਾ ਕੇ ਇੱਕ ਮੁੰਡਾ ਅਤੇ ਇੱਕ ਕੁੜੀ ਜਿਹੜੇ ਪਟਿਆਲੇ ਸ਼ਹਿਰ ਦੇ ਆ,
ਉਹਨਾਂ ਨੂੰ ਬਿਨਾਂ ਤਨਖਾਹ ਤੋਂ ਟੀਚਰ ਰੱਖਿਆ ਹੋਇਆ। ਇਹਨਾਂ ਦੀ ਮੰਗ ਹੈ ਵੀ ਉਹਨਾਂ ਦੀ ਤਨਖਾਹ ਚਾਲੂ ਕੀਤੀ ਜਾਵੇ, ਜਿਹੜਾ ਉਹਨਾਂ 'ਤੇ ਕੇਸ ਪਾਇਆ ਉਹ ਖਾਰਜ ਕੀਤਾ ਜਾਵੇ। ਇਹਦੇ 'ਚ ਮੈਨੂੰ ਲੱਗਦਾ ਨਾ ਤਾਂ ਖਜ਼ਾਨੇ 'ਤੇ ਵਾਲਾ ਭਾਰ ਪੈਣਾ, ਕਿਉਂਕਿ ਜਿਹੜਾ ਇਹੀ 20,000 ਜਦੋਂ ਬੇਰੁਜ਼ਗਾਰਾਂ ਦੇ ਘੋਲ ਦੇ ਵਿੱਚ ਬਹਿੰਦਾ ਹੁੰਦਾ ਸੀ, ਇਹਨਾਂ ਦਾ ਉਸਤਾਦ ਜਿਹੜਾ ਕੇਜਰੀਵਾਲ ਹੈ, ਜਦੋਂ ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰਾਂ ਨੂੰ ਉਤਾਰਦਾ ਹੁੰਦਾ ਤਾਂ ਕਹਿੰਦਾ ਸੀ ਸਾਡਾ ਪਹਿਲਾ ਹਰਾ ਤਨ ਤੁਹਾਨੂੰ ਰੁਜ਼ਗਾਰ ਦੇਣ ਵਾਸਤੇ ਚੱਲੂ, ਜਿਹਨਾਂ ਨੂੰ ਮਿਲਿਆ ਹੋਇਆ ਉਹਨਾਂ ਦਾ ਤਾਂ ਖੋ ਹੀ ਜਾਂਦੇ ਆ।